ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ 'ਚ ਸਪੈਕਟਰਮ ਅਤੇ ਆਰਸੀਅਨ ਕੇਬਲ ਨੈਟਵਰਕ ਰਾਹੀਂ ਕੈਨੇਡਾ ਦੇ ਵਿੱਚੋਂ ਬੈੱਲ ਕੇਬਲ ਨੈਟਵਰਕ ਰਾਹੀਂ ਵਰਲਡਵਾਈਡ ਗਲੋਬਲ CPN ਜਾਦੂ ਰੋਕੂ TV ਸ਼ਾਵਾ TV84 ਦੀ ਵੈਬਸਾਈਟ ਤੋਂ ਔਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਕ ਖਾਸ ਇਸ਼ੂ ਬਾਰੇ ਵਿਚਾਰ ਚਰਚਾ ਕਰਾਂਗੇ। ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚੋਂ ਖਬਰਾਂ ਜੋ ਆ ਰਹੀਆਂ ਨੇ, ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਗੱਲ ਸਿੱਧ ਹੁੰਦੀ ਹੈ, ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹਿੰਦੀ ਲੈਂਗੁਏਜ ਹੈ, ਹਿੰਦੀ ਭਾਸ਼ਾ ਹੈਗੀ ਹੈ, ਉਹ ਪੰਜਾਬੀ ਦੇ ਉੱਪਰ ਦੀ ਉਹਨੂੰ ਥੋਪਿਆ ਜਾ ਰਿਹਾ ਹੈ ਪੰਜਾਬੀਆਂ ਦੇ ਉੱਪਰ। ਜਿਹੜਾ ਡਿਪਾਰਟਮੈਂਟ ਹੈਗਾ ਨੈਸ਼ਨਲ ਹਾਈਵੇਜ਼ ਅਥਾਰਿਟੀ ਆਫ ਇੰਡੀਆ, ਉਹਦੇ ਵੱਲੋਂ ਜਿਹੜੇ ਸੜਕਾਂ ਦੇ ਉੱਪਰ ਨੈਸ਼ਨਲ ਹਾਈਵੇਜ਼ ਨੇ ਉਹਨਾਂ ਦੇ ਸਾਈਡ 'ਤੇ ਜਿਹੜੇ ਸਾਈਨ ਬੋਰਡਸ ਨੇ ਉਹਨਾਂ ਦੇ ਉੱਪਰ ਪਹਿਲਾਂ ਹਿੰਦੀ, ਫਿਰ ਇੰਗਲਿਸ਼ ਅਤੇ ਫਿਰ ਪੰਜਾਬੀ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਨਾਮ ਨੇ ਉਹ ਲਿਖੇ ਜਾ ਰਹੇ ਨੇ। ਇਸ ਦੇ ਨਾਲ ਨਾਲ ਜਿਹੜੀ ਇਹ ਸੈਂਟਰਲ ਕੰਟਰੋਲਡ ਬਾਡੀ ਹੈ, ਇਹਨੂੰ ਅੱਗੇ ਜਾਂਦਿਆਂ ਜਦੋਂ ਅਸੀਂ ਬੈਂਕਾਂ ਦੀ ਗੱਲ ਕਰਦੇ ਹਾਂ ਜਾਂ ਜਿਹੜੇ ਹੋਰ ਸੈਂਟਰਲ ਕੰਟਰੋਲਡ ਅਦਾਰੇ ਨੇ, ਉਹਨਾਂ 'ਤੇ ਵੀ ਜਿਹੜੇ ਇਹ ਹੁਕਮ ਨੇ ਇਹ ਲਾਗੂ ਹੋਣ ਜਾ ਰਹੇ ਨੇ। ਸੋ ਇਸ ਦਾ ਜਿਹੜਾ ਇਹਨੂੰ ਪੰਜਾਬੀਆਂ ਦੇ ਵੱਲੋਂ ਦੇਖਿਆ ਜਾ ਰਿਹਾ ਕਿ ਹਿੰਦੀ ਭਾਸ਼ਾ ਨੂੰ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਉੱਪਰ ਥੋਪਿਆ ਜਾ ਰਿਹਾ। ਇਹ ਗੱਲ ਇਕੱਲੀ ਪੰਜਾਬ ਦੀ ਨਹੀਂ, ਓਵਰਆਲ ਜਦੋਂ ਅਸੀਂ ਭਾਰਤ ਦੇ ਨਕਸ਼ੇ ਵੱਲ ਨਜ਼ਰ ਮਾਰਦੇ ਹਾਂ ਤਾਂ ਇੱਦਾਂ ਦੀਆਂ ਖਬਰਾਂ ਬਾਕੀ ਸੂਬਿਆਂ ਦੇ ਵਿੱਚੋਂ ਵੀ ਦੇਖਣ ਨੂੰ ਮਿਲ ਰਹੀਆਂ ਨੇ। ਪੰਜਾਬ ਦੇ ਵਿੱਚ ਕਿਤੋਂ ਨਾ ਕਿਤੋਂ ਜਿਹੜੀ ਵਿਰੋਧ ਦੀ ਆਵਾਜ਼ ਹੈ ਇਸ ਫੈਸਲੇ ਦੇ ਵਿਰੁੱਧ, ਸੈਂਟਰ ਸਰਕਾਰ ਦੇ ਇਹਨਾਂ ਹੁਕਮਾਂ ਦੇ ਵਿਰੁੱਧ, ਉਹ ਵੀ ਦੇਖਣ ਨੂੰ ਮਿਲ ਰਹੀ ਹੈ। ਉਹਨਾਂ ਆਵਾਜ਼ਾਂ ਦੇ ਵਿੱਚੋਂ ਇੱਕ ਅਹਿਮ ਆਵਾਜ਼ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੈ, ਜਿਨ੍ਹਾਂ ਨੇ ਇਸ ਫੈਸਲੇ ਦਾ, ਸੈਂਟਰ ਸਰਕਾਰ ਦੇ ਇਸ ਹੁਕਮਾਂ ਦਾ, ਇਹਨਾਂ ਹੁਕਮਾਂ ਦਾ ਵਿਰੋਧ ਕੀਤਾ ਅਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਉਹਨਾਂ ਨੇ ਇਸ ਦੇ ਵਿਰੁੱਧ ਕਾਰਵਾਈ ਕਰਨ ਦੀ ਜਿਹੜੀ ਗੱਲ ਹੈ ਉਹ ਵੀ ਕੀਤੀ ਹੈ। ਸੋ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈ ਉਹ ਇਸੇ ਇਸ਼ੂ ਦੇ ਆਲੇ ਦੁਆਲੇ ਘੁੰਮੂਗੀ। ਸਾਡੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਗਾਂਧੀ, ਮੈਂ ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਇੱਕ ਪੰਜਾਬੀ ਹੋਣ ਦੇ ਨਾਤੇ, ਪੰਜਾਬ ਦੇ ਵਸਨੀਕ ਹੋਣ ਦੇ ਨਾਤੇ, ਜਿਹੜਾ ਇਹ ਸੈਂਟਰ ਸਰਕਾਰ ਦੇ ਹੁਕਮਾਂ ਥੱਲੇ ਪੰਜਾਬ ਦੇ ਵਿੱਚ ਹਿੰਦੀ ਲਾਗੂ ਕਰਨ ਦੀ ਜਿਹੜੀ ਇੱਕ ਨੀਤੀ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਭਾਂਪਦੇ ਹੋ, ਕਿਵੇਂ ਮਹਿਸੂਸ ਕਰਦੇ ਹੋ, ਅਤੇ ਇਹਦੇ 'ਤੇ ਐਜ਼ ਅ ਮੈਂਬਰ ਪਾਰਲੀਮੈਂਟ, ਇੱਕ ਪਾਰਲੀਮੈਂਟ ਦੇ, ਭਾਰਤੀ ਪਾਰਲੀਮੈਂਟ ਦੇ ਮੈਂਬਰ ਹੋਣ ਦੇ ਨਾਤੇ ਤੁਹਾਡਾ ਪ੍ਰਤੀਕਰਮ ਕੀ ਹੈ? ਹਾਲਾਂਕਿ ਤੁਸੀਂ ਵਿਰੋਧ ਕੀਤਾ, ਪਰ ਮੈਂ ਤੁਹਾਡੇ ਸ਼ਬਦਾਂ ਦੇ ਵਿੱਚ ਜਾਣਨਾ ਚਾਹੂੰਗਾ TV84 ਦੇ ਦਰਸ਼ਕਾਂ ਦੇ ਲਈ। ਉਹਨਾਂ ਨੂੰ ਖੁੱਲ੍ਹਾ ਅਸਮਾਨ ਉਡਾਰੀ ਮਾਤਾ
ਵਿਕਾਸ ਕਰਨ ਵਾਸਤੇ, ਵਿਕਸਿਤ ਹੋਣ ਵਾਸਤੇ ਆਪਣੇ ਆਪਣੇ ਚੀਜ਼ਾਂ ਮੁਤਾਬਕ, ਆਪਣੇ ਆਪਣੀਆਂ ਇਛਾਵਾਂ ਮੁਤਾਬਕ ਉਹ ਚਾਹੀਦਾ ਸੀਗਾ, ਉਦੋਂ ਹੌਲੀ ਹੌਲੀ ਲਗਾਤਾਰ ਨੂੰ ਕੁੱਟਿਆ ਜਾ ਰਿਹਾ, ਉਹਨੂੰ ਖਤਮ ਕੀਤਾ ਜਾ ਰਿਹਾ ਹੈਗਾ। ਔਰ ਇੱਕ ਇਲਾਕੇ ਦੀ, ਇੱਕ ਭਾਸ਼ਾ ਦੀ, ਇੱਕ ਖਿੱਤੇ ਦੀ, ਸੱਭਿਆਚਾਰ ਦੀ, ਭਾਸ਼ਾਈ ਜਾਂ ਵਿਲੱਖਣਤਾ ਨੂੰ ਖਤਮ ਕਰਕੇ ਨਾ ਹਿੰਦੁਸਤਾਨ ਦੀ ਵਿਲੱਖਣਤਾ ਨੂੰ ਖਤਮ ਕਰ ਰਿਹਾ। ਹਿੰਦੁਸਤਾਨ ਦੇ ਸੱਭਿਆਚਾਰ ਹੈ ਜਿਹੜਾ ਸਾਡਾ ਜਿਹੜਾ ਕੰਪੋਜਿਟ ਕਲਚਰ ਹੈ, ਇੱਕ ਹਿੰਦੁਸਤਾਨ ਸੱਭਿਆਚਾਰ ਆਪਣੇ ਆਪ ਕੋਈ, ਆਪਣੇ ਆਪ ਕੋਈ ਇੱਕ ਜਿਹਨੂੰ ਕਹਿੰਦੇ ਨਾ ਇੱਕ ਹੋਮੋਜੀਨੀਅਸ ਐਂਟੀਟੀ ਜੀ, ਕਹਿੰਦੇ ਇੱਕ ਪੱਖੀ ਇੱਕ ਲੱਖੋ ਇੱਕ ਪੰਜਵੀਂ ਐਂਟੀਟੀ ਹੈ। ਹਿੰਦੁਸਤਾਨ ਦਾ ਸੱਭਿਆਚਾਰ ਹੈ ਉਹ ਵੱਖ ਵੱਖ ਸੱਭਿਆਚਾਰ ਦਾ ਜਿਹੜਾ ਸੁਮੇਲ ਹੈਗਾ, ਇਕੱਠ ਹੈਗਾ, ਉਹਦਾ ਕੰਪੋਜਿਟ ਹੈਗਾ, ਉਹਦਾ ਜਮਾ ਜੋੜ ਹੈਗਾ, ਉਹ ਹਿੰਦੁਸਤਾਨ ਦਾ ਸੱਭਿਆਚਾਰ ਹੈਗਾ। ਜੇ ਕਿਸੇ ਇੱਕ ਵੀ ਇਲਾਕੇ ਦਾ ਸੱਭਿਆਚਾਰ ਨੂੰ, ਉਹਦੀ ਭਾਸ਼ਾ ਨੂੰ, ਉਹਦੀ ਸੰਸਕ੍ਰਿਤੀ ਨੂੰ, ਜਾਂ ਉਹਦੇ ਜਿਹੜਾ ਉਹਦਾ ਵਿਰਸਾ ਹੈਗਾ ਉਹਨੂੰ ਖਤਮ ਕੀਤਾ ਜਾ ਰਿਹਾ, ਤਾਂ ਖੁਦ ਮੇਰੀ ਯੂਨੀਅਨ ਜਿਹੜੀ ਭਾਰਤੀ ਸੰਘ ਹੈਗਾ ਹੈ, ਖੁਦ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਿਹਾ ਹਿੰਦੁਸਤਾਨ ਦੇ ਕੁੱਲ ਸੱਭਿਆਚਾਰ ਨੂੰ, ਕੁੱਲ ਉਹਦੀ ਜੋ ਇੱਕ ਅਮੀਰੀ ਹੈ, ਅਮੀਰੀ ਹੈਗੀ ਹੈ, ਉਹਨੂੰ ਖਤਮ ਕਰਨ ਜਾ ਰਿਹਾ ਹੈਗਾ। ਔਰ ਜਿਸ ਤਰ੍ਹਾਂ ਨਾਲ ਭਾਸ਼ਾ ਨੂੰ ਹੁਣ ਪੈਰ ਲੈ ਕੇ, ਕਦੇ ਇਹ ਸੱਭਿਆਚਾਰ ਨੂੰ ਲੈ ਕੇ, ਕਦੇ ਪੁਰਾਣੇ ਵਿਰਸੇ ਦੇ ਨਾਂ ਤੇ ਆਪਣੀ ਜਿਹੜੀ ਸੰਸਕ੍ਰਿਤੀ ਹੈ, ਹਿੰਦੂ ਸੰਸਕ੍ਰਿਤੀ ਜਿਹਨੂੰ ਕਹਿੰਦੇ ਹੈ ਕਿ ਭਾਰਤ ਜਿਹੜੀ ਮਹਾਨ ਸੰਸਕ੍ਰਿਤੀ ਹੈ, ਉਹਨੂੰ ਅਲੱਗ ਅਲੱਗ ਜਿਹੜੀਆਂ ਸੰਸਕ੍ਰਿਤੀਆਂ ਹੈਗੀਆਂ, ਛੋਟੇ ਛੋਟੇ ਖੇਤੀ ਹੈ, ਖੇਤਰ ਹੈ, ਇਲਾਕਾ ਹੈ, ਇਲਾਕੇ ਉਹਨਾਂ ਦੇ ਥੋੜੀ ਥੋੜੀ ਬੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚਾਹੇ ਉਹ ਫਿਰ ਵੀ ਜੁੜਦਾ ਮਾਮਲਾ ਹੋਵੇ, ਚਾਹੇ ਉਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਮਾਮਲਾ ਹੋਵੇ, ਚਾਹੇ ਉਹ ਦੂਜੀਆਂ ਵਿੱਦਿਆ ਦਾ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਤੋਂ ਲੈ ਕੇ ਕਾਲਜ ਤੱਕ ਜੋ ਵਿੱਦਿਆ ਦਾ ਭਗਵਾਨਕਰਨ ਹੋ ਰਿਹਾ ਹੈਗਾ, ਜਾਓ ਉਹ ਇਤਿਹਾਸ ਹੀ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਕਿ ਹਿੰਦੁਸਤਾਨ ਦਾ ਇੱਕ ਸਹੀ ਇਤਿਹਾਸ ਹੈਗਾ ਹੈ। ਤਾਂ ਮੈਂ ਸਮਝਦਾ ਕਿ ਇਹ ਖਤਰੇ ਦੀ ਗਿਣਤੀ ਹੈਗੀ। ਆਪਾਂ ਦੇਖਿਆ ਕੈਡੋਲੋਗੀਆਂ ਕੀ ਕੁਛ ਹੋਇਆ, ਆਪਾਂ ਦੇਖਿਆ ਕੁਰਦਿਸ਼ ਕੌਮਾਂ, ਕੌਮ ਨੇ ਕਿਵੇਂ ਹੋਣੀ ਰਾਇਸ਼ ਬਾਰੇ ਆਪਣੇ ਹੱਥੋਂ ਹੱਥ ਕਰੀ ਪਵਰ ਕੀਤੀ ਹੈਗੀ ਹੈ, ਔਰ ਕਿਤੇ ਸਰਕਾਰਾਂ ਨੂੰ ਮਤਲਬ ਇਸਦਾ ਖਮਿਆਜ਼ਾ ਭੁਗਤਣਾ ਪੈ ਰਿਹਾ, ਜਿਹੜੀ ਇੱਕ ਇੱਕ ਸਾਰਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਇੱਕ ਵਿਲੱਖਣਤਾ ਨੂੰ ਖਤਮ ਕਰਕੇ ਇੱਕ ਸੋਸਿਆ ਜਾ ਰਿਹਾ, ਜੋ ਮਤਲਬ ਇੱਕ ਵਿਸ਼ੇਸ਼ ਕੌਮ ਵੱਲੋਂ ਜਾਂ ਵਿਸ਼ੇਸ਼ ਸਰਕਾਰਾਂ ਵੱਲੋਂ ਉਹਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਵੱਖ ਵੱਖ ਥਾਵਾਂ ਤੇ, ਤੇ ਉਹੀ ਖਮਿਆਜ਼ਾ ਹਿੰਦੁਸਤਾਨ ਤੋਂ ਬਚ ਨਹੀਂ ਸਕਦਾ ਹੈਗਾ ਹੈ। ਤੇ ਅਸੀਂ ਜਿਹੜੀ ਭਾਸ਼ਾ ਸਾਡੀ ਹੈਗੀ ਪੰਜਾਬੀ, ਸਾਡੀ ਮਾਂ ਬੋਲੀ ਹੈਗੀ ਹੈ, ਪੰਜਾਬੀ ਸਾਡਾ ਮਾਂ ਬੋਲੀ ਸਾਡੀ ਮਾਣ ਵੀ ਹੈਗੀ ਹੈ, ਸਾਡੀ ਸ਼ਾਨ ਵੀ ਹੈਗੀ ਹੈ, ਸਾਡੀ ਪਹਿਚਾਣ ਵੀ ਹੈਗੀ ਹੈ, ਔਰ ਜਿਹੜੀ ਮਾਂ ਬੋਲੀ ਹੌਲੀ ਹੌਲੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਚਾਹੇ ਉਸ ਬੋਲੀ ਦੇ ਆਪਣੇ ਪੈਰੋਕਾਰਾਂ ਵੱਲੋਂ ਵੀ। ਮੈਂ ਸਮਝਦਾ ਕਿ ਪੰਜਾਬ ਮਾਂ ਬੋਲੀ ਦਾ ਪੰਜਾਬ ਬਹੁਤ ਉੱਚਾ ਰੁਤਬਾ ਹੈਗਾ, ਤੀਹਾਂ ਚਾਲੀ ਚਾਲੀ ਸਾਲਾਂ ਦੌਰਾਨ ਬਹੁਤ ਸਾਰੇ ਲੋਕਾਂ ਨੇ, ਈਵਨ ਜਿਹੜੇ ਓਲੰਪਿਕ ਮੈਂਬਰ ਨੇ ਮਾਂ ਬੋਲੀ ਦੇ ਪੰਜਾਬੀ ਦੇ, ਉਹਨਾਂ ਨੇ ਖੁਦ ਆਪਣੇ ਘਰਾਂ ਵਿੱਚ ਸਕੂਲ ਬੱਚਿਆਂ ਨੂੰ ਪੜ੍ਹਾਈ ਦੇ ਮਾਮਲੇ ਵਿੱਚ ਮਿਸ਼ਨ ਦੀ ਸਰਵਸਤਾ ਕੀਤਾ, ਆਤਮ ਗੁਲਾਮੀ ਸਰਕਾਰ ਕੀਤੀ ਹੈ, ਇੰਗਲਿਸ਼ ਦੀ ਆਤਮ ਗੁਲਾਮੀ ਸਰਕਾਰ ਕੀਤੀ ਹੈ, ਔਰ ਮਾਂ ਬੋਲੀ ਦੇ ਜਿਹੜੇ ਬਦਲ ਫੁੱਲਣ ਵਾਸਤੇ ਜੋ ਇੱਕ ਖੁਦ ਪੁਰਾਣੀ ਹੁੰਦੀ ਦੂਜੇ ਨੂੰ ਪ੍ਰੇਰਨਾ ਦੇਣੀ ਹੁੰਦੀ ਹੈਗੀ, ਉਹਦੇ ਨਕਾਮ ਹੋਈਆਂ, ਵੱਖ ਵੱਖ ਸਰਕਾਰਾਂ ਨਕਾਮ ਹੋਈਆਂ, ਈਵਨ ਪੰਕਜ ਸਰਕਾਰਾਂ ਨਕਾਮ ਹੋਈਆਂ, ਅਜੇ ਤੱਕ ਪੰਜਾਬ ਵਿੱਚ ਜਿਹੜੀ ਕੋਰਟਾਂ ਦੇ ਕੰਮ ਕਰੀ ਹੈ, ਕਚਹਿਰੀਆਂ ਦੇ ਕੰਮ ਹੈਗੇ ਆ, ਉਹ ਹੋਰ ਮਤਲਬ ਸਾਰੇ ਜਿਹੜੇ ਸਰਕਾਰ ਪੰਜਾਬ ਸਰਕਾਰ ਨੇ ਕਰਨੇ ਹੁੰਦੇ ਹੈਗੇ, ਉਹਨਾਂ ਵਿੱਚ ਮਾਂ ਬੋਲੀ ਦੀ ਸਰਦਾਰੀ ਹੈ, ਉਹ ਜਿਹੜੀ ਉਹ ਸਥਾਪਕ ਨਹੀਂ ਹੋ ਸਕੀ ਹੈਗੀ ਹੈ, ਉਹਦਾ ਇੱਕ ਅਲੱਗ ਵਿਸ਼ਾ ਹੈਗਾ। ਪਰ ਆਹ ਜਿਹੜਾ ਹਮਲਾ ਹੋਇਆ ਹੈਗਾ ਕੇਂਦਰ ਵੱਲੋਂ ਭਾਸ਼ਾ ਨੂੰ ਲੈ ਕੇ, ਦੇਖਣ ਨੂੰ ਬਹੁਤ ਛੋਟੀ ਜਿਹੀ ਗੱਲ ਲੱਗਦੀ ਹੈ, ਸਾਨੂੰ ਕਿਸੇ ਭਾਸ਼ਾ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਹੈ, ਹਿੰਦੀ ਵੀ ਲੋਕੀ ਬੋਲਦੇ ਆ, ਪੰਜਾਬੀ ਬੋਲਦੇ ਆ, ਜਿਹੜੀਆਂ ਪੰਜਾਬੀਆਂ ਪਹਿਲਾਂ 14 ਸੀ, ਹੁਣ 19-20 ਦੇ ਸ਼ਾਇਦ 20-20 ਭਾਸ਼ਾਵਾਂ ਨੇ, ਉਹ ਕੌਮੀ ਭਾਸ਼ਾਵਾਂ ਨੇ, ਉਹ ਮਤਲਬ ਸ਼ਡਿਊਲਡ ਭਾਸ਼ਾਵਾਂ ਨੇ, ਤੇ ਉਹਨਾਂ ਚ ਹਿੰਦੀ ਵੀ ਉਨੀ ਇੰਪੋਰਟੈਂਟ ਜਿੰਨੀ ਪੰਜਾਬੀ ਹੈ, ਕੋਈ ਸਾਡੀ ਭਾਸ਼ਾ ਨੀ ਹੈ, ਸਰਕਾਰ ਨੇ ਸਾਰੀਆਂ ਭਾਸ਼ਾਵਾਂ ਦਾ ਬਰਾਬਰ ਦਾ ਦਰਜਾ ਹੈਗਾ, ਰਾਜ ਭਾਸ਼ਾ ਸਿਰਫ ਕੇਂਦਰ ਕੇਂਦਰ ਵਾਸਤੇ ਸੰਪਰਕ ਭਾਸ਼ਾ ਸੀ, ਜਿਹੜੀ ਕਿ ਰਾਜਾਂ ਨਾਲ ਮਤਲਬ ਜਾਂ ਹੋਰ ਉਹਦੇ ਆਪਣੇ ਕਾਰਜ ਕਾਰਜ ਵਿਹਾਰ ਵਾਸਤੇ ਸੀਗੀ, ਤੇ ਉਸ ਰਾਜ ਭਾਸ਼ਾ ਨੂੰ ਨੈਸ਼ਨਲ ਭਾਸ਼ਾ ਮਤਲਬ ਸਮਝ ਕੇ ਜਾਂ ਲੋਕਾਂ ਦੇ ਦਿਮਾਗ ਚ ਪਾ ਕੇ ਉਹਦੇ ਵਾਸਤੇ ਫੰਡ ਵੀ ਅਲੱਗ ਰੱਖੇ ਜਾਂਦੇ ਸੀਗੇ, ਜਾਂ ਕਿ ਦੂਜੀ ਨੇ ਕੋਈ ਭਾਰਤੀ ਕੌਮੀ ਭਾਸ਼ਾਵਾਂ ਨੇ, ਜੇ ਭਾਰਤੀ ਹਿੰਦੀ ਹੈ, ਪੰਜਾਬੀ ਹੈ, ਸੋਰੀ ਤੇਲਗੂ, ਤੇਲਗੂ ਹੈ, ਤਮਿਲ ਹੈ, ਮਲਿਆਲਮ ਹੈ, ਹੋਰ ਮਰਾਠੀ ਹੈ, ਪੰਜਾਬੀ ਹੈ, ਇਹਨਾਂ ਵਾਸਤੇ ਨਾ ਕੋਈ ਫੰਡ ਹੈਗਾ, ਰਾਜ ਸਰਕਾਰ ਜੋ ਮਰਜ਼ੀ ਖਤ ਕਰ ਸਕੇ, ਪਰ ਸੈਂਟਰ ਦਾ ਹਿੰਦੀ ਨੂੰ ਕਿੰਨਾ ਬੜਾ ਬੜਾਵਾ ਦਿੰਦੇ ਹੈਗੇ ਹੈ, ਉਹ ਮਤਲਬ ਸਾਰਾ ਇੱਕ
ਗੈਰ ਸਾਵੀ ਗੱਲ ਹੈਗੀ ਹੈ, ਉਹ ਕੁਦਰਤੀ ਇਨਸਾਫ ਦੀ ਗੱਲ ਉਲਟ ਗੱਲ ਹੈਗੀ ਹੈ। ਸੋ ਭਾਰਤ ਦੀ ਹਰ ਭਾਸ਼ਾ ਇੰਪੋਰਟੈਂਟ ਹੈ, ਭਾਰਤ ਦਾ ਹਰ ਭਾਸ਼ਾ ਇੰਪੋਰਟੈਂਟ ਹੈ, ਪੰਜਾਬ ਦਾ ਸਾਰਾ, ਹਿੰਦੁਸਤਾਨ ਦਾ ਸਾਰਾ, ਤਿੰਨ ਅਲੱਗ ਅਲੱਗ ਰਾਜ ਦਾ, ਉਹ ਇੰਪੋਰਟੈਂਟ ਹੈ। ਤੇ ਉੱਥੇ ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਜਿਹੜੇ ਬੋਰਡ ਨੇ, ਜਿਹੜੇ ਸਾਇੰਸ ਬੋਰਡ ਨੇ, ਉਹ ਜਿਸ ਤਰ੍ਹਾਂ ਪੰਜਾਬੀ ਨੂੰ ਤਿੰਨ ਨੰਬਰ ਤੇ ਲਿਆ ਕੇ, ਇੱਕ ਨੰਬਰ ਹਿੰਦੀ, ਦੋ ਨੰਬਰ ਹਿੰਦੀ, ਤਿੰਨ ਨੰਬਰ ਪੰਜਾਬੀ, ਪੰਜਾਬੀ ਨੂੰ ਬੜੀ ਜ਼ਮੀਨ ਹੈ, ਪੰਜਾਬੀ ਭਾਸ਼ਾ ਦੀ ਜ਼ਮੀਨ ਹੈ, ਬਲਕਿ ਦੁਨੀਆ ਭਰ ਦੇ ਜੋ ਭਾਸ਼ਾ ਸਾਇੰਸ ਦੇ ਮਾਹਰ ਨੇ ਉਹਨਾਂ ਨੇ ਵੀ ਨਿਰਣੇ ਦਿੱਤੇ ਨੇ, ਯੂਨੈਸਕੋ ਨੇ ਜਾਂ ਹੋਰ ਪਠਾਰੀ ਕਮਿਸ਼ਨ ਨੇ ਉਹਨਾਂ ਦੇ, ਉਹਨਾਂ ਨੇ ਕਿਹਾ ਹੈਗਾ, ਤੁਸੀਂ ਪੜ੍ਹ ਕੇ ਦੇਖੋ ਤੁਸੀਂ ਹੈਰਾਨ ਹੋਵੋਗੇ, ਉਹਨਾਂ ਨੇ ਸਪੱਸ਼ਟ ਕਿਹਾ ਹੈਗਾ ਕਿ ਜੋ ਮਾਤ ਭਾਸ਼ਾ ਹੈਗੀ ਹੈ ਉਹਦੇ ਵਿੱਚ ਸਿੱਖਿਆ, ਉਹਦੇ ਵਿੱਚ ਬੱਚੇ ਦਾ ਵਿਕਾਸ, ਉਹ ਬਿਹਤਰੀਨ ਹੁੰਦਾ ਹੈਗਾ। ਔਰ ਉਹ ਬੱਚਾ ਜਿਹਨੂੰ ਮਾਤ ਭਾਸ਼ਾ ਦੀ ਚੀਜ਼ ਆਉਂਦੀ ਹੈ, ਜਿਹੜਾ ਮਾਤ ਭਾਸ਼ਾ ਮਾਤ ਭਾਸ਼ਾ ਦੀ ਮਾਹਰ ਬਣ ਜਾਂਦਾ ਹੈਗਾ, ਉਹਨੂੰ ਦੂਜੀ ਦੇਸੀ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਚ ਬਹੁਤ ਆਸਾਨੀ ਹੋ ਜਾਂਦੀ ਹੈਗੀ ਹੈ। ਸੋ ਮਾਤ ਭਾਸ਼ਾ ਦਾ ਜੋ ਵਿਕਾਸ ਪਿਆ, ਜੋ ਉਹਦਾ ਰੁਤਬਾ ਹੈਗਾ, ਜੋ ਉਹਦੀ ਕਰਜ਼ੀ ਹੈਗੀ ਹੈ, ਉਹ ਉਹਦੇ ਮੱਥੇ ਤੇ ਸੱਜਣੀ ਚਾਹੀਦੀ ਹੈਗੀ ਹੈ। ਇਸ ਕਰਕੇ ਪੰਜਾਬ ਵਿੱਚ ਜੋ ਇਹ ਇੱਕ ਰੋਡ ਅਥਾਰਟੀ ਆਫ ਇੰਡੀਆ ਹੈਗੀ ਹੈ, ਜਿਹਨੂੰ ਆਪਾਂ ਕਹਿੰਦੇ ਹੈਗੇ ਆ National Highway Authority of India, ਜੀ National Highways Authority of India, ਜੀ National Highway Authority of India ਹੈਗੀ ਹੈ, ਜੋ ਸਾਰੇ ਰਾਜ ਮੁੱਖ ਰਾਸ਼ਟਰੀ ਮਾਰਗ ਹੈਗੀ ਹੈ, ਜੋ ਪੰਜਾਬ ਹੈਗੀ ਹੈ ਉਹਦਾ, ਤੇ ਜੋ ਜਿਸ ਤਰ੍ਹਾਂ ਨਾਲ ਇਹ ਬੋਰਡ ਪੰਜਾਬੀ ਨੂੰ ਗੋਲਮ ਕਰਕੇ ਪੰਜਾਬੀ ਨੂੰ ਥੱਲੇ ਸੁੱਟੀ, ਹਿੰਦੀ ਨੂੰ ਕਫਲ ਲਿਖੇ ਹੈ, ਇਹ ਸਾਨੂੰ ਕਤਈ ਮਨਜ਼ੂਰ ਨਹੀਂ ਹੈਗੀ ਹੈ। ਇਹ ਸਾਡੇ ਜਿਹੜੀ ਇਲਾਕਾਈ ਸਾਰੀ ਭਾਸ਼ਾਈ ਇਲਾਕੀ ਹੈਗੀ ਹੈ, ਭਾਸ਼ਾਈ ਵਿਲੱਖਣਤਾ ਹੈਗੀ ਹੈ, ਸਾਡੀ ਭਾਸ਼ਾਈ ਖਾਤੀ ਹੈ, ਜੋ ਖਾਸੀਅਤ ਹੈਗੀ ਹੈ, ਜੋ ਸਾਡਾ ਵਿਰਸਾ ਹੈਗਾ, ਜਿਹੜਾ ਸਾਡਾ ਸੱਭਿਆਚਾਰ ਜੁੜਿਆ ਹੋਇਆ, ਸਾਡਾ ਬਹੁਤ ਕੁਛ ਮਤਲਬ ਸਾਡੀ। ਔਰ ਜੇ ਕਿਸੇ ਕੌਮ ਦਾ ਭਾਸ਼ਾ ਮਰ ਜਾਂਦੀ ਹੈਗੀ ਹੈ, ਤਾਂ ਉਹਦਾ ਸੱਭਿਆਚਾਰ ਮਰਦਾ, ਉਹਦੀ ਵਿਰਾਸਤ ਮਰਦੀ ਹੈ, ਉਹ ਕੌਮ ਵੀ ਮਰ ਜਾਂਦੀ ਹੈਗੀ ਹੈ। ਸੋ ਇਹ ਕੋਈ ਸੰਕੀਰਨ ਭਾਸ਼ਾਵਾਦੀ ਨਹੀਂ ਕਹਿਣੀ ਹੈਗਾ ਜੀ, ਬਿਲਕੁਲ ਕੋਈ ਹੈ ਨੀ, ਕੋਈ ਸ਼ੌਕ ਨਜ਼ਰੀ ਆ, ਇੱਕ ਵਿਗਿਆਨਕ ਤੱਤ ਹੈਗਾ ਕਿ ਭਾਸ਼ਾ ਦੀ ਲੋਕਾਂ ਦੀ ਜ਼ਿੰਦਗੀ ਕੀ ਹੈਸੀਅਤ ਹੈ, ਕੀ ਮੁਕਤ ਹੈ, ਔਰ ਕੀ ਰੁਤਬਾ ਹੈਗਾ ਹੈ। ਇੱਕ ਸਾਰੀ ਦੁਨੀਆਂ ਭਰ ਦੇ ਵਿਗਿਆਨੀਆਂ ਨੇ, ਜਿਹੜੇ ਭਾਸ਼ਾ ਵਿਗਿਆਨੀ ਨੇ, ਉਹਨਾਂ ਨੇ ਅਨੇਕਾਂ ਕਾਨਫਰੰਸ, ਅਨੇਕਾਂ ਵਾਰ ਇਹ ਕਿਹਾ ਹੈਗਾ ਕਿ ਭਾਸ਼ਾ ਮਹੱਤਵਪੂਰਨ ਇੰਨੀ ਹੈਗੀ ਹੈ, ਜਿਵੇਂ ਮਤਲਬ ਜੋ ਕਿਸੇ ਵੀ ਕੌਮ ਦੀ, ਕਿਸੇ ਵੀ ਇਲਾਕੇ ਵਿੱਚ ਉਹ ਜ਼ਿੰਦਗੀ ਹੈਗੀ ਹੈ, ਜੀ ਜਾਨ, ਉਹ ਜਾਨ ਹੈਗੀ ਹੈ, ਉਹ ਜਾਨ ਦੀ ਰੀੜ ਦੀ ਹੱਡੀ ਹੈਗੀ ਹੈ, ਕਿਸੇ ਵੀ ਸੱਭਿਆਚਾਰ ਦੀ ਰੀੜ ਦੀ ਹੱਡੀ ਹੁੰਦੀ ਉਹਨਾਂ ਦੀ ਭਾਸ਼ਾ। ਜੀ ਡਾਕਟਰ ਗਾਂਧੀ, ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ ਕਿ ਸਾਨੂੰ ਕਿਸੇ ਵੀ ਭਾਸ਼ਾ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ, ਪਰ ਕਿਤੇ ਨਾ ਕਿਤੇ ਜਦੋਂ ਇਹਦੇ ਇਸ ਫੈਸਲੇ ਦੇ ਬਿਹਾਈਂਡ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਵੱਲ ਨਜ਼ਰ ਮਾਰਦੇ ਹਾਂ ਤਾਂ ਇਹ ਗੱਲ ਦੇਖਣ ਨੂੰ ਮਿਲਦੀ ਹੈ ਵੀ ਜਿਹੜਾ ਪੰਜਾਬ ਦਾ ਜਾਂ ਜਿਹੜਾ ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜਾ ਰੀਜਨਲ ਸੱਭਿਆਚਾਰ ਹੈਗਾ ਉਹਨੂੰ ਕਿਤੇ ਨਾ ਕਿਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਜਿਹੜਾ ਇੱਕ ਉਹਨੂੰ ਵੱਡੇ ਪੱਧਰ 'ਤੇ ਨੈਸ਼ਨਲ ਲੈਵਲ 'ਤੇ ਇੱਕੋ ਸੱਭਿਆਚਾਰ ਦੇ ਵਿੱਚ ਮਿਲਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਇਸ ਨੀਤੀ ਦੇ ਵਿੱਚੋਂ ਨਜ਼ਰ ਆਉਂਦੀ ਹੈ। ਜਿਹਨੂੰ ਜੇ ਸਿੱਧੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਤਾਂ ਹਿੰਦੀ ਹਿੰਦੂ ਹਿੰਦੁਸਤਾਨ ਦੀ ਜੋ ਇੱਕ ਜੋ ਬੀਜੇਪੀ ਦੀ ਮਦਰ ਆਰਗੇਨਾਈਜੇਸ਼ਨ ਹੈਗੀ ਹੈ RSS, ਉਹਨਾਂ ਦਾ ਏਜੰਡਾ ਕਿਤੇ ਨਾ ਕਿਤੇ ਇਹਨੂੰ ਡਾਇਰੈਕਟਲੀ ਉਹਦੇ ਨਾਲ ਜੋੜ ਕੇ ਦੇਖਿਆ ਜਾਂਦਾ। ਸੋ ਤੁਸੀਂ ਸਮਝਦੇ ਹੋ ਵੀ ਜਿਹੜੀ ਇਹ ਨੀਤੀ ਹੈਗੀ ਹੈ ਹਿੰਦੀ ਹਿੰਦੂ ਹਿੰਦੁਸਤਾਨ ਦੀ, ਇਹ ਕਿਤੇ ਨਾ ਕਿਤੇ ਜਦੋਂ ਇਹਨੂੰ ਤੁਸੀਂ ਹਿਟਲਰ ਦੀ ਨੀਤੀ ਦੇ ਨਾਲ, ਜਰਮਨੀ ਦੇ ਨਾਲ ਜੇ ਅਸੀਂ ਪਿਛੋਕੜ ਦੇ ਵਿੱਚ ਜਾ ਕੇ ਦੇਖਣਾ ਹੋਵੇ, ਜਿਹੜੀ ਉਹਨਾਂ ਦੀ ਨੀਤੀ ਸੀਗੀ ਵਨ ਰੇਸ ਵਨ ਨੇਸ਼ਨ ਅਤੇ ਵਨ ਲੀਡਰ ਦੀ, ਉਸੇ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਇਸ ਨੀਤੀ ਨੂੰ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਪ੍ਰਭਾਵ ਨਿਕਲ ਸਕਦੇ ਆ ਜਿਸ ਹਿਸਾਬ ਨਾਲ ਇਹਨੂੰ ਲਾਗੂ ਕਰਨ ਦੇ ਲਈ ਬੀਜੇਪੀ ਸਰਕਾਰ ਤੁਲੀ ਹੋਈ ਹੈ। ਇਹ ਇੱਕ ਪੋਲੀਟੀਕਲ ਕਨੋਟੇਸ਼ਨ ਸੀ।
ਜੀ ਮਤਲਬ ਹੈ ਕਿ ਜਿਹੜੀ ਜਿਹੜੀ ਮਤਲਬ ਵਿਲੱਖਣਤਾਵਾਂ ਖਤਮ ਕਰਕੇ ਜੋ ਡਾਇਵਰਸਿਟੀ ਖਤਮ ਕਰਕੇ ਇੱਕ ਮੋਨੋਲਿਥਿਕ ਸੋਸਾਇਟੀ ਇੱਕ ਤਰ੍ਹਾਂ ਦੀ ਸੋਸਾਇਟੀ ਇੱਕ ਵਿਸ਼ੇਸ਼ ਕਿਸਮ ਦੀ ਸੋਸਾਇਟੀ ਵਿਸ਼ੇਸ਼ ਧਾਰਮਿਕ ਚੀਜ਼ਾਂ ਦੀ ਸੋਸਾਇਟੀ ਦੀ ਜੋ ਗਲਵਾ ਹੈਗਾ ਹੈ ਉਹ ਸਾਫ਼ ਕਰਨ ਦੀ ਜੋ ਕੋਸ਼ਿਸ਼ ਹੈਗੀ ਹੈ ਉਹ ਸੱਚਮੁੱਚੀ ਦੁਨੀਆਂ ਜਿੰਨੇ ਵੀ ਅਜਿਹੇ ਕੌੜੇ ਜਰਵੇ ਲੋਕਾਂ ਨੇ ਹਟਾਏ ਹੈਗੇ ਹੈ ਉੱਧਰ ਹੀ ਉਹ ਮਤਲਬ ਉੱਧਰ ਹੀ ਉਹ ਜਾਂਦੀ ਲੱਗਦੀ ਹੈਗੀ ਹੈ ਬਹੁਤ ਹੀ ਮਨਪਾਤੀ ਗੱਲ ਹੈਗੀ ਹੈ ਪਰ ਇੱਕ ਗੱਲ ਮੈਂ ਦੱਸ ਦੇਣਾ ਚਾਹੁੰਦਾ ਕਿ ਉਹ ਪਿਛਲੀ ਸਦੀ ਸੀਗੀ ਨਵੀਂ ਸਦੀ ਹੈਗੀ ਹੈ ਇੰਨਾ ਤੋਂ ਬਾਅਦ ਲਗਾਤਾਰ ਜੋ ਡੈਮੋਕ੍ਰੈਟਿਕ ਐਲੀਮੈਂਟ ਹੈ ਸੋਸਾਇਟੀ ਦਾ ਕੌਮਾਂ ਦਾ ਵੀ ਦੇਸ਼ਾਂ ਦਾ ਵੀ ਉਹ ਬਹੁਤ ਵਧੀਆ ਹੈਗਾ ਹੈ ਸਾਰਾ ਏਸ਼ੀਆ ਮੁਕਤ ਹੋਇਆ ਹੈਗਾ ਸਾਰਾ ਲੈਟਿਨ ਅਮਰੀਕਾ ਤਕਰੀਬਨ ਮੁਕਤ ਹੋਇਆ ਹੈਗਾ ਸਾਰਾ ਅਫਰੀਕਾ ਮੁਕਤ ਹੋਇਆ ਡੈਮੋਕ੍ਰੇਸੀ ਜਿਹੜੀ ਹੈ ਉਹਨਾਂ ਜੜ੍ਹਾਂ ਭਰੀਆਂ ਨੇ ਅੱਜ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਯੂਰਪ ਦਾ ਮਤਲਬ ਬਹੁਤ ਹੀ ਇੱਕ ਵਿਲੱਖਣ ਕਰਤਾਰੇ ਨਜ਼ਰ ਆ ਰਹੇ ਨੇ ਆਪਾਂ ਦੇਖਿਆ ਕੈਨੇਡਾ ਦੇ ਅਸੋਸੀਏਸ਼ਨ ਚੋਣਾਂ ਵਿੱਚ ਜਾਂ ਹੋਰ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਜਿਵੇਂ ਰਾਇਸ਼ ਮਾਰੀ ਚਾਹੇ ਉੱਥੋਂ ਦੀ ਸਰਕਾਰਾਂ ਨਹੀਂ ਮੰਨਦੀਆਂ ਪਰ ਲੋਕ ਖੁਦ ਮਾਰੇ ਚਾਹੇ ਹੋਵੇ ਚਾਹੇ ਉਹ ਮਤਲਬ ਆਪਣੇ ਕੈਟਾਲੋਨੀਆ ਵਿੱਚ ਹੋਇਆ ਹੋਵੇ ਸੋ ਇਹ ਦਰਸਾਉਂਦੇ ਨੇ ਕਿ ਯੂਰਪ ਤੋਂ ਲੈ ਕੇ ਮਿਡਲ ਈਸਟ ਤੱਕ ਜਾਂ ਮਤਲਬ ਸਾਊਥ ਈਸਟ ਏਸ਼ੀਆ ਤੱਕ ਸਾਰੇ ਮਤਲਬ ਪਾਸੇ ਇੱਕ ਜਿਹੜੀ ਹਵਾ ਹੈਗੀ ਹੈ ਉਹ ਜਮਹੂਰੀ ਦੇ ਹੱਕ ਚ ਹੈਗੀ ਹੈ ਫਿਊਚਰ ਬਿਲੋਂਗਸ ਟੂ ਮੋਰ ਲਿਬਰਟੀ ਮੋਰ ਡੈਮੋਕ੍ਰੇਸੀ ਐਂਡ ਨਾਟ ਟੂ ਡਿਕਟੇਟਰਸ਼ਿਪ ਐਂਡ ਮੋਨੋਲਿਥਿਕ ਸੋਸਾਇਟੀ ਲਿਖਿਆ ਉਹ ਵਿਲੱਖਣਤਾਵਾਂ ਦੀ ਕਦਰ ਕਰਦੇ ਹੋਏ ਫਿਰ ਏਕਤਾ ਦਾ ਹੈਗਾ ਹੈ ਨਾ ਕਿ ਵਿਲੱਖਣਤਾਵਾਂ ਨੂੰ ਕੁਚਲ ਕੇ ਵਿਲੱਖਣਤਾਵਾਂ ਦਾ ਗਲਾ ਘੁੱਟ ਕੇ ਏਕਤਾ ਦਾ ਹੈਗਾ ਉਹਦਾ ਕੋਈ ਫਿਊਚਰ ਨਹੀਂ ਹੈਗਾ ਹੈ ਸਟੈਂਡ ਫਾਰ ਯੂਨਿਟੀ ਇਨ ਡਿਵਰਸਿਟੀ ਯੂਨਿਟੀ ਨਾਟ ਵਿਦ ਵੋਟ ਬਟ ਵਿਲਫੁਲ ਯੂਨਿਟੀ ਉਹ ਯੂਨਿਟੀ ਜਿਹਦੇ ਵਿਲੱਖਣਤਾਵਾਂ ਨੂੰ ਖੁੱਲਾ ਸਮਾਨ ਮਿਲੇ ਖਿਡਾਰੀ ਬਣਨ ਦਾ ਵਿਕਸਿਤ ਹੋਣ ਦਾ ਆਪਣੀਆਂ ਆਪਣੇ ਮਰਜ਼ੀ ਮੁਤਾਬਕ ਆਪਣਾ ਸਭ ਕੁਝ ਚਲਾਉਣ ਦਾ ਫਿਰ ਉਸ ਤੋਂ ਬਾਅਦ ਇੱਕ ਵਿਲਫੁਲ ਯੂਨਿਟੀ ਅਸੀਂ ਸਾਰੀ ਦੁਨੀਆਂ ਦੀ ਜਾਣੇ ਹਾਂ ਹਿੰਦੁਸਤਾਨ ਦੇ ਨੀ ਇਕੱਲੇ ਦੀ ਸਾਰੀ ਦੁਨੀਆਂ ਦੇ ਕੌਮਾਂ ਦੀ ਦੇਸ਼ਾਂ ਦੀ ਯੂਨਿਟੀ ਜਾਣੇ ਹੈ ਜਿੱਥੇ ਬਾਰਡਰਾਂ ਨਾ ਹੋਣ ਜਿੱਥੇ ਬੰਦਿਸ਼ਾਂ ਨਾ ਹੋਣ ਇੱਕ ਖੁੱਲੇ ਸਮਾਜ ਹੋਣ ਲੋਕਾਂ ਦੇ ਲੋਕ ਹਰ ਇੱਕ ਨੂੰ ਧਰਮ ਨੂੰ ਜਾਤ ਨੂੰ ਹਰ ਇੱਕ ਨੂੰ ਰੰਗ ਨੂੰ ਨਸਲ ਨੂੰ ਹਰ ਇੱਕ ਲਿੰਗ ਨੂੰ ਇੱਕ ਪੂਰਾ ਇੱਕ ਨਵਾਂ ਨਵੀਂ ਦੁਨੀਆਂ ਮਿਲੇ ਪਰ ਉਹ ਦੁਨੀਆਂ ਮਿਲੂਗੀ ਤਾਂ ਜੇਕਰ ਵਿਲੱਖਣਤਾਵਾਂ ਨੂੰ ਰੈਕਗਨਾਈਜ਼ ਕੀਤਾ ਜਾਊਗਾ ਵਿਲੱਖਣਤਾਵਾਂ ਦੀ ਕਦਰ ਹੋਊਗੀ ਵਿਲੱਖਣਤਾਵਾਂ ਨੂੰ ਬਰਾਬਰ ਦਾ ਅਧਿਕਾਰ ਬਰਾਬਰ ਦੇ ਦਰਜੇ ਮਿਲਣਗੇ ਜਿਹੜੀ ਜਿਹੜਾ ਬਹੁਤ ਸੱਚਿਕਵਾਦ ਹੈ ਮੈਜੋਰਿਟੀ ਜਿਹਨੇ ਤੋਂ ਹੈਗਾ ਉਹਦੇ ਵਾਸਤੇ ਕੋਈ ਥਾਂ ਨਹੀਂ ਹੋਊਗੀ ਇੱਕ ਜਿਹੜੀ ਮੋਨੋਲਿਥਿਕ ਸੋਸਾਇਟੀ ਬਣਾਉਣੀ ਹੈਗੀ ਹੈ ਜਿਹੜੀ ਇੱਕੋ ਰੰਗ ਬਿਰੰਗਾਂ ਦੀ ਪ੍ਰਵਿਰਤੀ ਹੈਗੀ ਹੈ ਉਹਨੂੰ ਖਤਮ ਕਰਨਾ ਪਊਗਾ ਔਰ ਸਾਨੂੰ ਬਰਾਬਰ ਦਾ ਪੰਜਾਬੀ ਕੌਮ ਨੂੰ ਨਹੀਂ ਸਿੱਖੀ ਤੋਂ ਭਾਵੇਂ ਸਾਰੀਆਂ ਕੌਮਾਂ ਨੂੰ ਬਰਾਬਰ ਦਾ ਮਾਣ ਸਤਿਕਾਰ ਦੇ ਕੇ ਫਿਰ ਕੋਈ ਯੂਨਿਟੀ ਦੀ ਗੱਲ ਕਰੂਗਾ ਤਾਂ ਉਹ ਯੂਨਿਟੀ ਹੋਊਗੀ ਸਾਡੀਆਂ ਵਿਲੱਖਣਤਾਵਾਂ ਜੋ ਡਿਵਰਸਿਟੀ ਹੈ ਜੋ ਸਾਡੇ ਮਤਲਬ ਅਲੱਗ ਅਲੱਗ ਸਾਡੇ ਇੱਕ ਵਿਰਸੇ ਨੇ ਭਾਸ਼ਾਈ ਇਲਾਕਾਈ ਜਾਂ ਮਤਲਬ ਧਾਰਮਿਕ ਸੱਭਿਆਚਾਰਕ ਜੋ ਵੀ ਮਤਲਬ ਸਾਡੇ ਮਤਲਬ ਇੱਕ ਵਿਲੱਖਣਤਾਵਾਂ ਨੇ ਉਹਨਾਂ ਦੀ ਕਦਰ ਕੀਤੀਆਂ ਬਗੈਰ ਉਹਨਾਂ ਨੂੰ ਖੁੱਲੇ ਉੱਡਣ ਦੀ ਗੁਦਾਰੀ ਦੇਣ ਤੋਂ ਬਗੈਰ ਜਾਂ ਉਹਦੇ ਪੂਰੇ ਵਿਕਸਿਤ ਹੋਣ ਦੀ ਮਾਹੌਲ ਮੁਹੱਈਆ ਕਰਨ ਤੋਂ ਬਗੈਰ ਜੋ ਵੀ ਯੂਨਿਟੀ ਦੀ ਗੱਲ ਕਰਦਾ ਹੈਗਾ ਉਹ ਫਰੋਡ ਯੂਨਿਟੀ ਹੈ ਉਹ ਝੂਠੀ ਯੂਨਿਟੀ ਹੈ ਉਹ ਅਨਡੈਮੋਕ੍ਰੈਟਿਕ ਯੂਨਿਟੀ ਹੈਗੀ ਹੈ ਜਿੰਨੀਆਂ ਜਮਹੂਰੀਅਤਾਂ ਕੋਨਫੀਡੈਂਟ ਹੈਗੀਆਂ ਵਾਈਬ੍ਰੈਂਟ ਹੈਗੀਆਂ ਆਪਣੇ ਆਪਣਾ ਯਕੀਨ ਆਪਣੇ ਆਪ ਚ ਕਹਿੰਦੀ ਹਾਂ ਜਮਹੂਰੀ ਹੈਗੀ ਹੈ ਉਹ ਜੋ ਉਹਨਾਂ ਦਾ ਵਿਹਾਰ ਹੈਗਾ ਹੈ ਉਹ ਆਪਾਂ ਦੇਖ ਰਹੇ ਹੈਗੇ ਹਾਂ ਕਿ ਮਿਸਟਰ ਟੂਡੂ ਨੇ ਕਿਹਾ ਸੀਗਾ ਕਿ ਆਈ ਵਿਲ ਚੇਂਜ ਮਾਈ ਡਾਇਵਰਸਿਟੀ ਟੂ ਇੰਟੈਕਟ ਯਾਨੀ ਆਪਣੀ ਜਿਹੜੀ ਸਾਡੀ ਡਾਇਵਰਸਿਟੀ ਹੈਗੀ ਜਿਹੜੀ ਅਨੇਕਤਾ ਏਕਤਾ ਜਾਂ ਇੱਕ ਅਨੇਕਤਾ ਦੀ ਗੱਲ ਕਰਦੀ ਸੀ ਅਨੇਕਤਾ ਹੈਗੀ ਹੈ ਉਹਨੂੰ ਤਾਕ ਦੀ ਬਦਲ ਦੂੰਗਾ ਇੱਥੇ ਜਿਹੜੀ ਅਨੇਕਤਾ ਹੈਗੀ ਹੈ ਉਹਨੂੰ ਖਤਮ ਕਰਨ ਦੇ ਉਹਨੂੰ ਖਤਮ ਕਰਨ ਦੇ ਉਹਨੂੰ ਨਸ਼ਟ ਕਰਨ ਦੇ ਜੋ ਅਨੇਕਤਾ ਨੂੰ ਸਬਸਟੀਟਿਊਟ ਕਰਨ ਦੇ ਇਹ ਅਨੇਕਤਾ ਨੂੰ ਮਤਲਬ ਉਹਨੂੰ ਖਤਮ ਕਰਨ ਦੇ ਜੋ 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 ਤੌਰ ਤਰੀਕੇ ਵਰਤੇ ਜਾ ਰਹੇ ਹੈਗੇ ਹੈ ਉਹਦੇ ਨਾਲ ਖੁਦ ਇਹ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਅੱਜ ਭਾਰਤ ਦੀ ਜਿਹੜੀ ਏਕਤਾ ਹੈਗੀ ਹੈ ਭਾਰਤ ਦੀ ਜੋ ਇੱਕ ਖਸਤੀ ਹੈਗੀ ਹੈ ਜੋ ਭਾਰਤ ਦਾ ਕੰਪੋਜਿਟ ਕਲਚਰ ਹੈ ਜਿਹੜੇ ਕਲਚਰ ਕਹਿੰਦੇ ਹੈ ਉਹ ਸਾਰੇ ਕਲਚਰ ਹੈਗਾ ਇੱਕ ਉਹਦਾ ਇੱਕ ਗੁਲਦਸਤਾ ਹੈਗਾ ਜਿਹੜਾ ਗੁਲਦਸਤੇ ਨੂੰ ਖੇਡ ਖੇਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਇਹ ਖੁਦ ਭਾਰਤ ਨੂੰ ਜੋ ਅੱਜ ਕੈਟਾਲੋਨੀਆ ਫੇਸ ਕਰਨਾ ਪੈ ਰਿਹਾ ਸਪੇਨ ਨੂੰ ਜੋ ਅੱਜ ਗੁਰਦਿਸ਼ ਦੇ ਨਾਲ ਜੋੜ ਕੇ ਉੱਧਰ ਫੇਸ ਕਰਨਾ ਪੈ ਰਿਹਾ ਹੈਗਾ
ਜੀ ਬਿਲਕੁਲ, ਇਹ ਲੈ ਦੇ ਕੇ ਜਿਹੜੀ ਗੱਲ ਹੈਗੀ ਹੈ ਇਹ ਉਸੇ ਲਾਈਨ ਵੱਲ ਜਾ ਰਹੀ ਹੈ ਬਿਲਕੁਲ, ਜੋ ਤੁਸੀਂ ਕਹਿ ਰਹੇ ਹੋ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ। ਪਰ ਅੰਤ ਦੇ ਵਿੱਚ ਇੱਕ ਸਵਾਲ ਡਾਕਟਰ ਗਾਂਧੀ, ਜੇ ਮੈਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਜਾਂ ਪੰਜਾਬੀਆਂ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ, ਤਾਂ ਜਿਹੜੀ ਇਹ ਇੰਪੋਜ਼ੀਸ਼ਨ ਹੈਗੀ ਹੈ ਪੰਜਾਬੀ ਨੂੰ ਖਤਮ ਕਰਨ ਦੀ ਲਾਈਨ ਹੈ ਅਤੇ ਹਿੰਦੀ ਨੂੰ ਥੋਪਣ ਦੀ ਲਾਈਨ ਹੈ, ਇਹਨੂੰ ਰੋਕਿਆ ਕਿਵੇਂ ਜਾ ਸਕਦਾ ਅਤੇ ਤੁਸੀਂ ਐਜ਼ ਅ ਮੈਂਬਰ ਪਾਰਲੀਮੈਂਟ ਇਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਉਪਰਾਲਾ ਕਰ ਰਹੇ ਹੋ ਇਸ ਬਾਬਤ, ਜੇ ਤੁਸੀਂ ਚਾਨਣਾ ਪਾ ਸਕੋ ਅਤੇ ਨਾਲ ਹੀ ਪੰਜਾਬ ਦੇ ਵਿੱਚ ਵੀ ਅਤੇ ਹੋਰ ਜਿੱਥੇ ਜਿੱਥੇ ਵੀ ਸਾਡੇ ਮਾਧਿਅਮ ਦੇ ਰਾਹੀਂ TV4 ਦੇ ਪਲੈਟਫਾਰਮ ਦੇ ਰਾਹੀਂ ਜਿਹੜੇ ਦਰਸ਼ਕ ਸਾਡੇ ਨਾਲ ਪੰਜਾਬੀ ਜੁੜੇ ਹੋਏ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਆਪਣੀ ਮਾਤ ਭਾਸ਼ਾ ਪ੍ਰਤੀ ਆਪਣੀ ਵਫ਼ਾਦਾਰੀ ਨਿਭਾਉਂਦੇ ਹੋਏ, ਆਪਣੇ ਖਿੱਤੇ ਆਪਣੇ ਰਾਜ ਵਾਸਤੇ ਵਫ਼ਾਦਾਰੀ ਨਿਭਾਉਂਦੇ ਹੋਏ, ਜਾਇਆ ਗੱਲ ਕਿ ਜਮਹੂਰੀਅਤ ਵਾਸਤੇ ਫੈਡਰਲਿਜ਼ਮ ਵਾਸਤੇ ਵਫ਼ਾਦਾਰੀ ਨਿਭਾਉਂਦੇ ਹੋਏ ਅਸੀਂ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਜੋ ਇੱਕ ਤਰਫਾ ਫੈਸਲਾ ਪੰਜਾਬ ਦੇ ਪੰਜਾਬੀ ਭਾਸ਼ਾ ਨੂੰ ਮਤਲਬ ਬੱਦੂ ਬਣਾ ਕੇ ਇੱਕ ਹਿੰਦੀ ਭਾਸ਼ਾ ਦੀ ਇੱਕ ਸੁੱਚੀ ਮੁੱਠੀ ਸਰਕਾਰੀ ਸਥਾਪਿਤ ਕਰਨ ਦੇ ਜਿਹੜੀ ਸਫ਼ਲ ਕੋਸ਼ਿਸ਼ ਕਰਨ ਲੱਗੇ ਅਸੀਂ ਸਫ਼ਲ ਨਹੀਂ ਹੋਣਗੇ ਅਸੀਂ ਇਗਜ਼ਾਮ ਵਿੱਚ ਵੀ ਉਹਦੇ ਖਿਲਾਫ਼ ਜਿਹੜਾ ਸਾਡਾ ਪ੍ਰੋਟੈਸਟ ਹੈਗਾ 29 ਤਰੀਕ ਤੋਂ ਅਸੀਂ ਮਤਲਬ ਪਟਿਆਲੇ ਵਿੱਚ ਭਾਸ਼ਾ ਭਵਨ 'ਚ ਅਸੀਂ ਹਾਲ ਬੁੱਕ ਕਰਾ ਲਿਆ ਹੈਗਾ ਅਤੇ ਭਾਸ਼ਾ ਭਵਨ 'ਚ ਅਸੀਂ ਪੰਜਾਬ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਹੈਗਾ, ਖਾਸ ਤੌਰ 'ਤੇ ਪਟਿਆਲਾ ਜ਼ਿਲ੍ਹਾ ਅਤੇ ਬਾਕੀ ਸਾਰੇ ਪੰਜਾਬ ਦੇ ਨੁਮਾਇੰਦੇ, ਜਿਹਦੇ 'ਚ ਅਸੀਂ ਇਕੱਲੇ ਇਹ ਨਹੀਂ ਕਿ ਮਤਲਬ ਬਤੌਰ ਮੈਂਬਰ ਪਾਰਲੀਮੈਂਟ ਮੈਂ ਹੈਗਾ ਹਾਂ ਅਤੇ ਜਾਂ ਮਤਲਬ ਪੰਜਾਬ ਦੇ ਬਹੁਤ ਮਹੱਤਵ ਭਾਸ਼ਾ ਦੀ ਜਾਂਦੀ ਪੰਜਾਬੀ ਭਾਸ਼ਾ ਨੇ ਕੁਝ ਖੇਤਰੀ ਭਾਸ਼ਾਵਾਂ ਦੇ ਬਹੁਤ ਵੱਡੇ ਨੰਬਰ ਨਾਲ ਡਾਕਟਰ ਜੋਗਾ ਸਿੰਘ ਵਿਰਕ ਦੇ ਨਾਲ ਉਹਨਾਂ ਨਾਲ ਮਤਲਬ ਪੰਡਿਤ ਰਾਓ ਕਨੇਰਵਰ ਕਨੇਰਵਰ ਜਿਹੜੇ ਕਿ ਕੰਨੜ ਕੰਨੜ ਕਰਨਾਟਕਾ ਤੋਂ ਆਉਂਦੇ ਨੇ ਪੰਜਾਬ ਜਾ ਕੇ ਉਹਨਾਂ ਪੰਜਾਬੀ ਜਿਹਦੀ ਪੰਜਾਬੀ ਦੀ ਭਾਸ਼ਾ ਦੀ ਸਥਾਨਕ ਭਾਸ਼ਾ ਦੀ ਮਹੱਤਵ ਸਮਝਦੇ ਹੋਏ ਜੀ ਬਿਲਕੁਲ ਪੰਜਾਬ ਵਿੱਚ ਪੰਜਾਬੀ ਦਾ ਜੋ ਰੁਤਬਾ ਬਹੁਤ ਘੱਟ ਹੈ ਉਹਨਾਂ ਨੇ ਖੁਦ ਹੀ ਉੱਥੇ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਬਹੁਤ ਕਾਲ ਦਿੱਤੀ ਹੈਗੀ ਹੈ ਜਿਹਦੇ ਸਾਡੀ ਸਭ ਨੂੰ ਬੁਲਾਇਆ ਅਸੀਂ ਮਤਲਬ ਸਾਰੀਆਂ ਸਾਹਿਤਿਕ ਜਥੇਬੰਦੀਆਂ ਹੈਗੀਆਂ ਸਾਰੀਆਂ ਜੋ ਕਲਚਰ ਦੀਆਂ ਲਿਟਰੇਚਰ ਦੀਆਂ ਜਥੇਬੰਦੀਆਂ ਪੰਜਾਬ ਦੀਆਂ ਹੈਗੀਆਂ ਜੋ ਵਿਦਿਆਰਥੀ ਜਥੇਬੰਦੀਆਂ ਹੈਗੀਆਂ ਚਾਹੇ ਉਸ ਕਾਲਜ ਅਤੇ ਸਕੂਲ ਫਾਊਂਡੇਸ਼ਨ ਹੈਗੀ ਹੈ ਚਾਹੇ ਉਹ ਅਖਿਲ ਭਾਰਤੀ ਵਿਦਿਆਰਥੀ ਜੋ ਪੰਜਾਬੀ ਹੈਗਾ ਜੋ ਆਪਣਾ ਜੋ ਆਪਣੇ ਪੰਜਾਬੀ ਸਮਝਦਾ ਹੈਗਾ ਹੈ ਜਿਹੜੇ ਆਪਣੇ ਜਿਹੜੇ ਬਹੁਤ ਸਾਰੇ ਜਿਹੜੇ ਮਤਲਬ ਬਾਕੀ ਕਿਸਾਨ ਜਥੇਬੰਦੀਆਂ ਹੈਗੀਆਂ ਤੇ ਬਹੁਤ ਸਾਰੀਆਂ ਹੋਰ ਸਮਾਜਿਕ ਜਥੇਬੰਦੀਆਂ ਹੈਗੀਆਂ ਹੈ ਤੇ ਅਸੀਂ ਮੁਸਲਿਮ ਜਥੇਬੰਦੀਆਂ ਹੈਗੀਆਂ ਕ੍ਰਿਸਚਨ ਜਥੇਬੰਦੀਆਂ ਹੈਗੀਆਂ ਉਹਨਾਂ ਸਭ ਨੂੰ ਅਸੀਂ ਬੁਲਾਇਆ ਹੈਗਾ ਕਿ ਆਓ ਬਤੌਰ ਪੰਜਾਬੀ ਸਾਰੇ ਆਪਣੀ ਮਾਂ ਬੋਲੀ ਦੇ ਹੱਥ ਵਿੱਚ ਖੜੇ ਹੋਈਏ ਔਰ ਜਿਹੜੀਆਂ ਇਤਿਹਾਸਿਕ ਭੁੱਲਾਂ ਹੁੰਦੀਆਂ ਹੋਈਆਂ ਕਿਸੇ ਕੋਲ ਉਹਨਾਂ ਦੇ ਵਾਸਤੇ ਇੱਕ ਪਛਤਾਵਾ ਵੀ ਹੋਊਗਾ ਇੱਕ ਮਾਫ਼ੀ ਵੀ ਹੋਊਗੀ ਇੱਕ ਰੀਫਰੈਸ਼ਨ ਹੋਊਗੀ ਇੱਕ ਮਤਲਬ ਮੁੜ ਕੇ ਆਪਾਂ ਮੁੜ ਭਰੋਸੀ ਜਿਹੜੀ ਹੈਗੀ ਹੈ ਆਪਸੀ ਜਿਹੜੀ ਭਾਈਚਾਰਾ ਹੈਗਾ ਇੱਕ ਜਵਾਨ ਦੇ ਜ਼ਰੀਏ ਜਵਾਨ ਦੇ ਜ਼ਰੀਏ ਜਵਾਨ ਦੀ ਰਾਖੀ ਦੇ ਜ਼ਰੀਏ ਆਪਣੀ ਮਾਦਰੀ ਭਾਸ਼ਾ ਜੋ ਮਾਦਰੀ ਜ਼ਬਾਨ ਹੈ ਜੋ ਮਾਤ ਭਾਸ਼ਾ ਹੈਗੀ ਹੈ ਉਹਦੇ ਪ੍ਰਤੀ ਆਪਣੀ ਵਫ਼ਾਦਾਰੀ ਜ਼ਮਾਨੇ ਹੋਏ ਆਪਾਂ ਇਤਿਹਾਸਿਕ ਕਥਾਈਆਂ ਨੂੰ ਵੀ ਦੂਰ ਕਰੀਏ ਔਰ ਪੰਜਾਬ ਵਿੱਚ ਨਵਾਂ ਮਾਹੌਲ ਦਿੱਤੀਏ ਇਹ ਕੇਂਦਰ ਸਰਕਾਰ ਨੂੰ ਪਿਛਲ ਮੋੜਾ ਲੈਣ ਲਈ ਮੁੜ ਕੇ ਪਿੱਛੇ ਮੋੜ ਲਈ ਆਪਾਂ ਸਹਿਯੋਗ ਕਰ ਸਕੀਏ ਜਿਸ ਤਰ੍ਹਾਂ ਕਰਨਾਟਕਾ ਵਿੱਚ ਹੋਇਆ ਜਿਸ ਤਰ੍ਹਾਂ ਮਹਾਰਾਸ਼ਟਰ ਚ ਹੋਇਆ ਔਰ ਜਿਸ ਤਰ੍ਹਾਂ ਦੇਸ਼ ਦੇ ਹੋਰ ਸੂਬਿਆਂ ਚ ਹੋ ਰਿਹਾ ਜਾਂ ਹੋਊਗਾ ਆਪਾਂ ਪੰਜਾਬੀ ਦੇ ਜਮਹੂਰੀ ਬਣੀਏ ਔਰ ਆਪਣੀ ਮਾਤ ਭਾਸ਼ਾ ਦੀ ਰਾਖੀ ਲੈ ਆਈਏ ਕਿਉਂਕਿ ਮੈਂ ਮੁੜ ਕੇ ਰਿਪੀਟ ਕਰਦਾ ਕਿ ਕਿਸੇ ਵੀ ਲੋਕਾਂ ਦੇ ਸਮੂਹ ਦੀ ਬੋਲੀ ਉਹਨਾਂ ਦੀ ਸ਼ਾਨ ਹੁੰਦੀ ਆ ਉਹਦੀ ਜਾਨ ਹੁੰਦੀ ਆ ਉਹਦੀ ਪਹਿਚਾਣ ਹੁੰਦੀ ਆ ਜੀ ਬਿਲਕੁਲ ਕੋਈ ਨੂੰ ਖਤਮ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਾਡੀ ਪਹਿਚਾਣ ਨੂੰ ਖਤਰਾ ਹੋਊਗਾ ਨੂੰ ਸੱਦੇ ਨਾਲ ਅਸੀਂ 29 ਤਰੀਕ ਨੂੰ ਐਤਵਾਰ 11 ਵਜੇ ਤੋਂ 2 ਵਜੇ ਤੱਕ ਕਨਵੈਨਸ਼ਨ ਤੇ 2 ਤੋਂ ਬਾਅਦ ਸ਼ਹਿਰ ਚ ਬਹੁਤ ਵੱਡਾ ਅਸੀਂ ਮੁਜ਼ਾਹਰਾ ਕਰਾਉਂਦੇ ਇੱਕ ਚੇਤਨਾ ਮੰਚ ਕਰ ਤੁਸੀਂ ਸੋਚ ਰਹੇ ਹੈ ਕਿਉਂਕਿ ਲੋਕਾਂ ਲੋਕ ਜਜ਼ਬਾਤ ਦੇ ਲੈਵਲ ਤੇ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਆ ਜਿਹੜੀ ਇੱਕ ਆਇਡੀਓਲੋਜੀਕਲ ਪੋਲੀਟੀਕਲ ਫਿਲੋਸਫੀਕਲ ਬੇਸਿਸ ਦੇਣਾ ਹੈਗਾ ਹੈ ਉਹ ਅਸੀਂ ਲੋਕਾਂ ਤੱਕ ਲੈ ਕੇ ਜਾਂਦਾ ਟੀਚਰ ਦੇ ਕਿਹਾ ਹੈਗਾ ਕਿ ਅਸੀਂ ਐਵੇਂ ਨਹੀਂ ਕਰ ਸਕਦਾ ਸਾਡੀ ਭਾਸ਼ਾ ਭਾਸ਼ਾ ਬਚਾਉਣ ਦਾ ਮਤਲਬ ਕੀ ਹੈ ਵਿਗਿਆਨਕ ਨਜ਼ਰੀਏ ਤੋਂ ਮਨੁੱਖਤਾ ਦੇ ਨਜ਼ਰੀਏ ਤੋਂ ਵਿਕਾਸ ਦੇ ਨਜ਼ਰੀਏ ਤੋਂ ਹਿੰਦੁਸਤਾਨ ਦੇ ਵੀ ਦੁਨੀਆਂ ਭਰ ਦੇ ਨਜ਼ਰੀਏ ਤੋਂ ਪੰਜਾਬ ਦੇ ਨਜ਼ਰੀਏ ਤੋਂ ਥਿਓਰੈਟੀਕਲ ਫਿਲੋਸਫੀਕਲ ਪੋਲੀਟੀਕਲ ਬੇਸਿਸ ਕੀ ਹੈਗਾ ਹੈ ਅੱਜ ਉਹ ਆਧਾਰ ਤਰੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਤਿਹਾਸ ਵਾਲੇ ਬੰਦੇ ਰਲ ਕੇ ਤਾਂ ਕਿ ਲੋਕੀ ਵਿਗਿਆਨਕ ਢੰਗ ਸਮਝ ਕੇ ਜੀ ਬਿਲਕੁਲ ਡਾਕਟਰ ਗਾਂਧੀ, ਮੈਂ ਇਹ ਗੱਲ ਜਿਹੜੀ ਹੈਗੀ ਹੈ ਮੈਂ ਰਿਪੀਟ ਵੀ ਕਰਦਿਆਂ ਸਾਡੇ ਦਰਸ਼ਕਾਂ ਦੇ ਲਈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪਟਿਆਲਾ ਦੇ ਵਿੱਚ 29 ਤਰੀਕ ਨੂੰ ਦਿਨ ਜਿਹੜਾ ਐਤਵਾਰ ਬਣਦਾ ਉਹ ਦਿਨ
ਭਾਸ਼ਾ ਭਵਨ ਦੇ ਵਿੱਚ ਜਿਹੜਾ ਇੱਕ ਕਨਵੈਨਸ਼ਨ ਹੈਗਾ ਇਸ ਮਸਲੇ ਦੇ ਉੱਪਰ ਉਹ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪ੍ਰੋਟੈਸਟ ਦੇ ਵਜੋਂ ਫਿਰ ਉੱਥੇ ਜਿਹੜਾ ਮਾਰਚ ਹੈ ਉਹ ਵੀ ਕੱਢਿਆ ਜਾਣ ਦੀ ਜਿਵੇਂ ਡਾਕਟਰ ਗਾਂਧੀ ਨੇ ਗੱਲ ਕੀਤੀ ਹੈ ਉਹ ਉਲੀਕ ਰਹੇ ਨੇ। ਸੋ ਡਾਕਟਰ ਗਾਂਧੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਅਤੇ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਸਾਡੇ ਨਾਲ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਅਤੇ ਨਵੀਂ ਕੋਈ ਹੋਰ ਡਿਵੈਲਪਮੈਂਟ ਇਸ ਇਸ਼ੂ 'ਤੇ ਜਾਂ ਕਿਸੇ ਹੋਰ ਇਸ਼ੂ 'ਤੇ ਹੁੰਦੀ ਹੈ ਤਾਂ ਜ਼ਰੂਰ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਡਾਕਟਰ ਗਾਂਧੀ। ਦਰਸ਼ਕੋ, ਉਮੀਦ ਕਰਦੇ ਹਾਂ ਕਿ ਜਿਹੜਾ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਪੰਜਾਬੀ ਭਾਸ਼ਾ ਨੂੰ ਸਮਰਪਿਤ ਇਹ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਵੀ ਉਮੀਦ ਕਰਦੇ ਹਾਂ ਕਿ ਜਿੱਥੇ ਇੱਕ ਜਾਗਰੂਕਤਾ ਦੀ ਮੁਹਿੰਮ ਦੀ ਗੱਲ ਹੈਗੀ ਹੈ ਉੱਥੇ ਆਪਣੀ ਭਾਸ਼ਾ ਦੇ ਨਾਲ ਪਿਆਰ ਹੁੰਦਿਆਂ ਇਹਨੂੰ ਇਸ ਲਾਈਨ ਨੂੰ ਅੱਗੇ ਤੋਰਨ ਦੀ ਜਿਹੜੀ ਗੱਲ ਹੈ ਉਹਦੇ 'ਤੇ ਵੀ ਤੁਸੀਂ ਵਿਚਾਰ ਚਰਚਾ ਕਰੋਗੇ ਅਤੇ ਇੱਕ ਜਾਗਰੂਕ ਪੰਜਾਬੀ ਹੋਣ ਦੇ ਨਾਤੇ ਇਹਨੂੰ ਅੱਗੇ ਤੋਰਨ ਦੀ ਵੀ ਜਿਹੜੀ ਲਾਈਨ ਹੈ ਉਹਦੇ 'ਤੇ ਕੰਮ ਕਰੋਗੇ। ਸੋ ਇਸੇ ਉਮੀਦ ਦੇ ਨਾਲ ਅਸੀਂ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ TV84 ਨੂੰ ਅਸੀਂ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈੱਸ 'ਤੇ ਤੁਸੀਂ ਮੇਲ ਕਰ ਸਕਦੇ ਹੋ 3601 37th Avenue, Long Island City, New York, 11101। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।